ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਅਡਾ 247 ਦੇ YouTube ਚੈਨਲ ਤੇ ਜਿੱਤੇ ਬੜੀ ਹੀ ਇੰਪੋਰਟੈਂਟ ਭਰੀ ਇਨਫੋਰਮੇਸ਼ਨ ਭਰੀ ਵੀਡੀਓ ਲੈ ਕੇ ਆਇਆ ਕਿ ਵੀਡੀਓ ਕੀ ਹੈ ਜਿਵੇਂ ਤੁਸੀਂ ਪੜ ਰਹੇ ਹੋ ਕਿ ਕਿਵੇਂ ਹੁੰਦਾ ਹੈ ਪੰਜਾਬ पीसीएस ਦਾ ਪੇਪਰ ਬੱਚਿਆਂ ਨੂੰ ਪਤਾ ਕਿ ਮੈਂ ਡੇਲੀ 8:30 ਰੋਜ਼ ਇੱਕ ਨਾ ਇੱਕ ਕਲਾਸ ਲੈ ਕੇ ਆਉਣਾ ਜਿਹੜੀ पीसीएस ਦੇ ਲਈ ਤੁਹਾਨੂੰ ਗਾਈਡ ਕਰ ਰਹੀ ਹੈ पीसीएस ਦੀ ਆਪਣੇ ਪੰਜਾਬ ਵਿੱਚ ਬੜੀ ਅਵੇਅਰਨੈਸ ਦੀ ਕਮੀ ਆ ਤੇ ਸਾਡਾ ਇਨੀਸ਼ੀਏਟਿਵ ਆ ਕਿ ਹਰੇਕ ਬੱਚੇ ਤੱਕ ਪੀਸੀਐਸ ਨੂੰ ਲੈ ਕੇ ਇਨਫੋਰਮੇਸ਼ਨ ਪਹੁੰਚੇ ਆਲਰੇਡੀ ਆਪਾਂ ਤਿੰਨ ਚਾਰ ਵੀਡੀਓ ਬਣਾ ਚੁੱਕੇ ਆ ਕਦੋਂ ਤੱਕ ਪੇਪਰ ਆ ਸਕਦਾ ਹੈ ਏਜ ਲਿਮਟ ਕੀ ਹੁੰਦੀ ਆ ਪੇਪਰ ਦੇ ਵਿੱਚ ਕਲੀਅਰ ਕਰਕੇ ਜੌਬਸ ਕਿੜੀਆਂ ਕਿੜੀਆਂ ਮਿਲਦੀਆਂ ਨੇ ਜੇ ਤੁਸੀਂ ਉਹ ਵੀਡੀਓ ਦੇਖਿਆ ਚੰਗੀ ਗੱਲ ਆ ਨਹੀਂ ਦੇਖਿਆ ਇੱਕ ਵਾਰ ਜਾ ਕੇ ਉਹ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਪੀਸੀਐਸ ਦੇ ਬਾਰੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਹੁੰਦੀ ਰਹੇ ਤੇ ਅੱਜ ਦਾ ਆਪਣਾ ਟੌਪਿਕ ਕੀ ਆ ਕਿਵੇਂ ਕਿਵੇਂ ਹੁੰਦਾ ਹੈ ਪੰਜਾਬ ਪੀਸੀਐਸ ਦਾ ਪੇਪਰ ਮਤਲਬ ਪੀਸੀਐਸ ਦਾ ਪੇਪਰ ਦਾ ਪੈਟਰਨ ਕੀ ਆ ਕਿ ਇੱਕ ਵਾਰ ਪੇਪਰ ਹੁੰਦਾ ਜਾਂ ਦੋ ਪੇਪਰ ਹੁੰਦੇ ਆ ਹਾਲਾਂਕਿ ਆਪਾਂ ਉਹਨਾਂ ਡਿਟੇਲ ਸਬਜੈਕਟ ਨਹੀਂ ਦੇਖਾਂਗੇ ਜੇ ਲੇਕਿਨ ਸਾਨੂੰ ਆਈਡੀਆ ਹੋਵੇ ਕਿ ਪੇਪਰ ਹੋਸ ਕੇਸ ਪੈਟਰਨ ਅਰੇ ਆ ਇੱਕ ਦਿਨ ਚ ਪੇਪਰ ਹੁੰਦਾ ਦੋ ਦਿਨ ਚ ਪੇਪਰ ਹੁੰਦੇ ਆ ਜਾਂ ਇੰਟਰਵਿਊ ਵੀ ਹੁੰਦੀ ਆ ਜਾਂ ਪੇਪਰ ਕੰਪਿਊਟਰ ਤੇ ਹੁੰਦਾ ਜਾਂ ਲਿਖਣਾ ਪੈਂਦਾ ਬਹੁਤ ਸਾਰੇ ਮਨ ਚ ਕੁਐਸਚਨ ਹੁੰਦੇ ਆ ਉਹਨਾਂ ਸਾਰੇ ਕੁਐਸਚਨ ਦਾ ਹੱਲ ਲੈ ਕੇ ਅੱਜ ਮੈਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਇਆ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰੇਕ ਪੰਜਾਬ ਵਾਸੀ ਤੱਕ ਜੋ ਪੀਸੀਐਸ ਬਣ ਦਾ ਸੁਪਨਾ ਲੈ ਕੇ ਬੈਠਾ ਆ ਉਹਦੇ ਤੱਕ ਇਹ ਚਲੋ ਦੱਸੂਗਾ ਮੈਂ ਤੁਹਾਨੂੰ ਪੈਟਰਨ ਕੀ ਹੁੰਦਾ ਆ ਪੰਜਾਬ ਪੀਸੀਐਸ ਦਾ ਜਿਹੜਾ ਪੇਪਰ ਹੁੰਦਾ ਉਹ 3 ਟਾਇਰ ਪੇਪਰ ਹੁੰਦਾ 3 ਟਾਇਰ ਦਾ ਮਤਲਬ ਇੱਕ ਸਭ ਤੋਂ ਪਹਿਲਾਂ ਇੱਕ ਪੇਪਰ ਹੋਣਾ ਜਿਹਨੂੰ ਅਸੀਂ ਕਹਿੰਦੇ ਆ ਪ੍ਰੀ ਦਾ ਪੇਪਰ ਪ੍ਰੀਲਮ ਦਾ ਪੇਪਰ ਹੋਣਾ ਠੀਕ ਆ ਜੀ ਸੈਕੰਡ ਪੇਪਰ ਹੁੰਦਾ ਸਾਡੇ ਕੋਲੇ ਮੇਨਸ ਦਾ ਉਹਨੂੰ ਆਪਾਂ ਕਹਿੰਦੇ ਮੇਨਸ ਦਾ ਪੇਪਰ ਹਾਲਾਂਕਿ ਇੱਕ ਪੇਪਰ ਨਹੀਂ ਹੋਗਾ ਮੈਂ ਦੱਸੂਗਾ ਤੇ 3rd ਹੁੰਦੀ ਆ ਇੰਟਰਵਿਊ ਇਹ ਆਪਣੇ ਕੋਲੇ ਹੋਗਾ ਤੀਜਾ ਸਟੈਪ ਮਤਲਬ ਤਿੰਨ ਸਟੈਪ ਹੋਣੇ ਆ ਫਸਟ ਸਟੈਪ प्रिलम सेकंड स्टेप मेन्स ਤੇ ਥਰਡ ਸਟੈਪ ਇੰਟਰਵਿਊ ਜੇ ਤੁਸੀਂ ਜੌਬ ਲੱਗਣਾ ਤੁਹਾਨੂੰ ਤਿੰਨੋਂ ਦੇ ਤਿੰਨੋਂ ਸਟੈਪ ਕਵਰ ਕਰਨੇ ਪੈਣੇ ਆ ਇਹਦਾ ਮਤਲਬ ਇਹ ਨਹੀਂ ਕਿ ਇੱਕ ਸਟੈਪ ਕਵਰ ਕੀਤਾ ਆਪਾਂ ਪੋਸਟ ਮਿਲ ਜੂਗੀ ਨਹੀਂ ਮਿਲਣੀ ਜੀ ਜ਼ਰੂਰੀ ਕੀਆ ਤਿੰਨੋਂ ਦੇ ਤਿੰਨੋਂ ਹੀ ਸਟੈਪ ਪੂਰੇ ਕਰਨੇ ਪੈਣੇ ਠੀਕ ਆ ਤਿੰਨੋਂ ਦੇ ਤਿੰਨੋਂ ਸਟੈਪ ਪੂਰੇ ਕਰਨੇ ਪੈਣੇ ਆ ਤਾਂ ਗੱਲ ਬਣਨੀ ਉਦਾਂ ਗੱਲ ਨਹੀਂ ਬਣਨੀ ਹੈ ਬਹੁਤ ਜ਼ਰੂਰੀ ਆ ਜੇ ਮੰਨ ਲਓ ਬੱਚਾ ਪਹਿਲਾ ਸਟੈਪ ਕਵਰ ਕਰ ਗਿਆ ਦੂਜੇ ਚ ਰਹਿ ਗਿਆ ਤਾਂ ਵੀ ਨਹੀਂ ਗੱਲ ਬਣਨੀ ਤੀਜੇ ਚ ਰਹਿ ਗਿਆ ਤਾਂ ਵੀ ਨਹੀਂ ਗੱਲ ਬਣਨੀ ਤਿੰਨੇ ਪਾਸੋਂ ਗਏ ਤਾਂ ਬਣਨੀ ਹੁਣ ਬੱਚੇ ਕਿੰਨੇ ਕੋਣੇ ਮੈਂ ਆਈਡੀਆ ਦਿੰਨਾ ਮੰਨ ਲਓ ਆਪਣੇ ਕੋਲ ਜਿੰਨੇ ਬੱਚੇ ਇਗਜ਼ਾਮ ਦੇ ਰਿਹਾ ਉਹਦੇ ਵਿੱਚੋਂ 100 ਬੱਚਾ ਇਥੇ ਸਿਲੈਕਟ ਹੁੰਦਾ ਐਗਜ਼ਾਮਪਲ ਦੇ ਲਈ ਠੀਕ ਹੈ ਜਾਂ ਮੈਂ ਇਹ ਕਹਦਾ ਵੀ ਪੀਸੀਐਸ ਦੀਆਂ ਸਾਡੇ ਕੋਲੇ ਐਗਜ਼ਾਮਪਲ ਮੈਂ ਲੈਣਾ ਆ 100 ਪੋਸਟਾਂ ਆਈਆਂ ਐਗਜ਼ਾਮਪਲ ਆਪਾਂ ਲੈ ਕੇ ਚੱਲਦੇ ਆ ਪੀਸੀਐਸ ਦੀਆਂ 100 ਪੋਸਟਾਂ ਆਈਆਂ ਤਾਂ ਉਹਨਾਂ ਨੇ ਜਿੰਨੇ ਬੱਚਿਆਂ ਨੇ ਪੇਪਰ ਦਿੱਤਾ ਲਗਭਗ ਉਹਦਾ 10 ਗੁਣਾ 10 ਗੁਣਾ ਬੱਚਾ ਇੱਥੇ ਸਿਲੈਕਟ ਕਰਨਾ ਹੁੰਦਾ ਮਤਲਬ ਟੋਟਲ ਬੱਚਿਆਂ ਵਿੱਚੋਂ ਲਗਭਗ 1000 ਬੱਚਾ ਸਿਲੈਕਟ ਕਰਨਗੇ ਪ੍ਰੀਲਮ ਦੇ ਵਿੱਚ ਹੁਣ 1000 ਬੱਚਾ ਪੇਪਰ ਦੇਊਗਾ ਮੇਨਜ਼ ਦਾ ਇਹ 1000 ਬੱਚਾ ਕਿੱਥੇ ਆਊਗਾ ਮੇਨਜ਼ ਦਾ ਪੇਪਰ ਦੇਣਾਗਾ 1000 ਬੱਚੇ ਦੇ ਵਿੱਚੋਂ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਅਸੀਂ 3-400 ਬੱਚਾ ਕੱਢੀਏ ਬਾਕੀ ਇੱਥੇ ਫੇਲ ਕਰ ਦੇਣਿਆ 3-400 ਬੱਚਾ ਇੱਥੇ ਨਿਕਲੂਗਾ ਹੁਣ 3-400 ਬੱਚਾ ਜਾਊਗਾ ਇੰਟਰਵਿਊ ਦੇ ਲਈ ਤੇ ਇੰਟਰਵਿਊ ਦੇ ਵਿੱਚੋਂ ਉਹਨਾਂ ਨੇ ਆਪਦੇ 100 ਬੰਦੇ ਪੂਰੇ ਕਰਨੇ ਆ ਬਾਕੀ ਛਾਂ ਨਹੀਂ ਲਾ ਦੇਣੀ ਆ ਮਤਲਬ 1000 ਤੋਂ ਘੱਟ ਦੇ ਘੱਟ ਦੇ ਸਿਰਫ ਉਹੀ ਬੱਚੇ ਸਿਲੈਕਟ ਹੋਣੇ ਆ ਜਿਹੜੇ ਉਹਨਾਂ ਨੂੰ ਚਾਹੀਦੇ ਆ ਇੱਕ ਸਟੈਪ ਵਾਈਜ਼ ਸਟੈਪ ਕੰਮ ਚੱਲਦਾ ਪਹਿਲਾ ਓਕੇ ਡਾਊਟ ਉਮੀਦ ਆ ਕਲੀਅਰ ਹੋਊਗਾ ਕਿ ਕਿਵੇਂ ਹੁੰਦਾ ਜੀ ਪਹਿਲਾ ਪ੍ਰੀਲਮ ਦਾ ਪੇਪਰ ਹੋਣਾ ਪ੍ਰੀਲਮ ਵਿੱਚ ਸਾਰੇ ਲੋਕੀ ਬੈਠਣਗੇ ਜਿੰਨਿਆਂ ਨੇ ਪੇਪਰ ਭਰਿਆ 25 ਹਜ਼ਾਰ ਜਿੰਨਾ ਬੰਦਾ ਪੰਜਾਬ ਦੇ ਲਗਭਗ ਇੰਨੇ ਕ ਬੱਚੇ ਆਪਣੇ ਪੀਸਸ ਦਾ ਪੇਪਰ ਦਿੰਦੇ ਆ ਉਸ ਤੋਂ ਬਾਅਦ ਫੋਰ ਐਗਜ਼ਾਮਪਲ ਉਹਨਾਂ ਨੇ 1000 ਚੁਣਿਆ ਉਹਦੇ ਵਿੱਚੋਂ ਹਜ਼ਾਰ ਨੇ ਮੇਨਜ਼ ਦਾ ਪੇਪਰ ਦੇਣਾ ਹਜ਼ਾਰ ਮੇਨਜ਼ ਦੇ ਪੇਪਰ 'ਚ ਬੈਠਣਗੇ ਹਜ਼ਾਰ ਦੇ ਵਿੱਚੋਂ ਉਹਨਾਂ ਨੇ 3-400 ਸਿਲੈਕਟ ਕਰਨਾ ਬਾਕੀ ਉੱਥੇ ਫੇਲ ਕਰ ਦੇਣਾ ਉਹ 3-400 ਬਾਅਦ ਦੇ ਵਿੱਚ ਇੰਟਰਵਿਊ ਦੇਣਗੇ ਤੇ ਉਸ ਇੰਟਰਵਿਊ ਦੇ ਵਿੱਚੋਂ ਮੁੜ ਕੇ ਉਹਨਾਂ ਨੇ 100 ਬੱਚਾ ਸਿਲੈਕਟ ਕਰਨਾ ਜਿਹਨੂੰ ਜੌਬ ਦੇਣੀ ਆ ਜੀ ਇਹ ਤਾਂ ਹੋ ਗਿਆ ਪੇਪਰ ਦਾ ਕਿਵੇਂ ਚੱਲਦਾ ਸੀਕੁਐਂਸ ਓਕੇ ਜੀ ਹੁਣ ਆਪਾਂ ਦੇਖਦੇ ਆ ਕਿ ਪੇਪਰ ਹੁੰਦਾ ਕਿਵੇਂ ਕਿਵੇਂ ਕਿੰਨੇ ਟਾਈਮ ਬਾਅਦ ਹੁੰਦਾ ਜਾਂ ਕੀ ਸਟੈਪ ਹੁੰਦਾ ਆ ਜੇ ਆਪਾਂ ਪੇਪਰ ਦੀ ਗੱਲ ਕਰੀਏ ਤਾਂ ਜਿਹੜਾ ਪਹਿਲਾ ਸਟੈਪ ਹੁੰਦਾ ਪ੍ਰੀਲਮ ਦਾ ਸਟੈਪ ਫਰਸਟ ਸਟੈਪ ਕੀ ਆਪਣੇ ਕੋ ਇਹਦਾ ਹੁੰਦਾ ਆਪਣੇ ਕੋਲ ਲਗਭਗ ਜੇ ਮੰਨ ਲਓ ਨੋਟੀਫਿਕੇਸ਼ਨ ਆ ਗਿਆ ਫਾਰਮ ਭਰਤਾ ਜਦੋਂ ਨੋਟੀਫਿਕੇਸ਼ਨ ਆਇਆ ਪੀਸੀਐਸ ਦਾ ਉਦੋਂ 2 ਕੁ ਮਹੀਨੇ ਤੱਕ ਤਾਂ ਫਾਰਮ ਫਾਰਮ ਭਰਦੇ ਫੀਸਾਂ ਜਮ੍ਹਾਂ ਕਰਦੇ ਆ ਫਿਰ ਜੇ ਸਿਸਟਮ 'ਚ ਕੋਈ ਨਹੀਂ ਖਰਾਬੀ ਹੈਗੀ ਤਾਂ 2-3 ਮਹੀਨਿਆਂ ਬਾਅਦ ਪੇਪਰ ਦੀ ਡੇਟ ਆ ਜਾਂਦੀ ਆ ਆਪਾਂ ਮੰਨ ਕੇ ਚੱਲਦੇ ਆ ਕਿ ਅੱਜ ਪੇਪਰ ਦੀ ਡੇਟ ਆ ਅੱਜ ਆਪਣੇ ਕੋਲ ਹੈਗੀ ਆ 2 ਅਗਸਤ ਠੀਕ ਆ ਅੱਜ ਆਪਾਂ ਮੰਨ ਕੇ ਚੱਲਦੇ ਆ ਕਿ ਅੱਜ ਪੇਪਰ ਆਪਣੇ ਕੋਲੇ 2 ਅਗਸਤ ਨੂੰ ਪੀਸੀਐਸ ਪ੍ਰੀਲਮ ਦਾ ਮੰਨ ਕੇ ਚੱਲਦੇ ਆ ਇੱਕ ਥੌਟ ਪ੍ਰੋਸੈਸ ਦੇ ਲਈ ਤੇ ਲਗਭਗ ਅੱਜ ਪੇਪਰ ਤੋਂ ਮਹੀਨੇ ਬਾਅਦ 1 ਮੰਥ ਬਾਅਦ ਇਹਦਾ ਰਿਜ਼ਲਟ ਆਉਂਦਾ ਹੁੰਦਾ ਠੀਕ ਹੈ ਜੀ 1 ਮੰਥ ਬਾਅਦ ਕੀ ਆਊਗਾ ਰਿਜ਼ਲਟ ਆਊਗਾ ਲੋ ਜੀ ਰਿਜ਼ਲਟ ਆ ਗਿਆ ਹੁਣ ਜਿਹੜਾ ਉਹ ਹਜ਼ਾਰ ਬੱਚਾ ਇੱਥੇ ਲੱਭਿਆ ਹੋਊਗਾ ਹੁਣ ਉਹਨਾਂ ਨੂੰ ਫਿਰ ਕਹਣਗੇ ਹੁਣ ਤੁਹਾਡਾ ਮੇਨਸ ਆ ਤੇ ਰਿਜ਼ਲਟ ਤੋਂ ਔਨ ਐਨ ਐਵਰੇਜ ਆਪਾਂ ਡੇਢ ਮਹੀਨਾ ਲੈ ਕੇ ਚੱਲਦੇ ਆ 1 ਮਹੀਨੇ ਤੋਂ ਲੈ ਕੇ ਡੇਢ ਮਹੀਨੇ ਤੱਕ ਮੇਨਸ ਦਾ ਪੇਪਰ ਆ ਜਾਂਦਾ ਹੁੰਦਾ ਲਗਭਗ ਇੰਨਾ ਕੱਢੀਆ ਹੁੰਦੀ ਆ ਮਤਲਬ ਕਿ ਰਿਜ਼ਲਟ ਤੋਂ ਮਹੀਨੇ ਬਾਅਦ ਵੀ ਆ ਜਾਂਦਾ ਹੁੰਦਾ ਜਾਂ ਕਈ ਵਾਰ ਡੇਢ ਮਹੀਨੇ ਦੇ ਵਿੱਚ ਵਿੱਚ ਪੇਪਰ ਆਉਣਾ ਹੁੰਦਾ ਮੇਨਸ ਦਾ ਤੇ ਮੇਨਸ ਦੇ ਪੇਪਰ ਦਾ ਰਿਜ਼ਲਟ ਫਿਰ ਉਹੀ ਡੇਢ ਦੋ ਮਹੀਨਾ ਚੋਂਦਾ ਠੀਕ ਆ ਮੇਨਸ ਦੇ ਪੇਪਰ ਦਾ ਰਿਜ਼ਲਟ ਵੀ ਡੇਢ ਦੋ ਮਹੀਨਾ ਚ ਆਊਗਾ ਇੱਕ ਡੇਢ ਮਹੀਨਾ ਲਾ ਕੇ ਚੱਲੋ ਅਤੇ ਫਿਰ ਸਾਨੂੰ ਇੰਟਰਵਿਊ ਦੀ ਕਾਲ ਆਉਂਦੀ ਆ ਲਗਭਗ 1 ਮੰਥ ਇਥੇ ਇੰਟਰਵਿਊ ਨੂੰ ਲੱਗ ਜਾਂਦਾ ਜੇ ਔਨਲਾਈਨ ਆਵੇ ਲਾ ਕੇ ਚੱਲੀਏ ਪੂਰੇ ਦਾ ਪੂਰਾ ਸਟੈਪ ਤਿੰਨੋਂ ਸਟੈਪ ਪੂਰੇ ਕਰਨ ਨੂੰ 6 ਤੋਂ 8 ਮਹੀਨੇ ਦਾ ਟਾਈਮ ਲੱਗਦਾ ਪੀਸੀਐਸ ਦੇ ਵਿੱਚ ਲੋ ਜੀ 6 ਤੋਂ 8 ਮਹੀਨੇ ਜੇ ਤੁਸੀਂ ਇੱਕ ਵਾਰ ਸਰਕਲ 'ਚ ਆ ਗਏ ਤਾਂ ਤੁਹਾਨੂੰ 6 ਤੋਂ 8 ਮਹੀਨੇ ਲੱਗਣੇ ਆਂ ਐਂਡਲੈਸ ਸਟੈਪ ਤੱਕ ਕੰਪਲੀਟ ਕਰਨ ਨੂੰ ਤੇ ਜੇ ਆਪਣੀ ਕਿਸਮਤ ਵਧੀਆ ਆ ਆਪਾਂ ਸਾਰੇ ਸਟੈਪ ਪਾਸ ਕੀਤੇ ਆ ਸਾਡਾ ਫਾਈਨਲ ਲਿਸਟ ਦੇ ਵਿੱਚ ਨਾਮ ਆ ਗਿਆ ਤਾਂ ਮੰਨ ਲਓ ਫਿਰ ਤਾਂ ਬੱਲੇ ਬੱਲੇ ਹੀ ਆ ਜੀ ਫਾਈਨਲ ਲਿਸਟ ਤੇ ਫਾਈਨਲਿਸਟ ਦੱਸ ਚੁੱਕਾ ਮੈਂ ਕਦੋਂ ਆਉਂਦੀ ਆ ਉਹ ਆਉਂਦੀ ਆਪਣੇ ਕੋਲੇ ਆਫਟਰ ਦਾ ਇੰਟਰਵਿਊ ਤਾਂ ਇਹ ਤਾਂ ਹੋ ਗਿਆ ਜੀ ਟਾਈਮ ਕਿੰਨਾ ਲੱਗਦਾ ਹੁਣ ਆਪਾਂ ਇਹ ਦੇਖਦੇ ਆ ਕਿ ਸਬਜੈਕਟ ਕਿਹੜੇ ਕਿਹੜੇ ਨਹੀਂ ਪੇਪਰ ਕਿਹੜੇ ਕਿਹੜੇ ਹੁੰਦੇ ਆ ਤੇ ਕਿੰਨੇ ਕੰਨੇ ਨੰਬਰ ਦਾ ਹੁੰਦਾ ਹੁਣ ਆਪਾਂ ਉੱਤੇ ਆਉਣਾ ਕਿਉਂਕਿ ਹਰੇਕ ਚੀਜ਼ ਕਲੀਅਰ ਕਰਨੀ ਆਪਾਂ ਹਰੇਕ ਚੀਜ਼ ਚਲੋ ਹੁਣ ਆਪਾਂ ਆਉਣੇ ਆ ਜੀ ਨੰਬਰਾਂ ਤੇ ਵੀ ਕਿੰਨੇ ਕੰਨੇ ਨੰਬਰ ਦਾ ਪੇਪਰ ਹੁੰਦਾ ਜਿਵੇਂ ਪਹਿਲੇ ਸਟੈਪ ਦੀ ਗੱਲ ਕਰਾਂ ਫਰਸਟ ਸਟੈਪ ਫਰਸਟ ਸਟੈਪ ਇਹਦੇ ਵਿੱਚ ਜਿਹੜਾ ਪ੍ਰੀਲਮ ਦਾ ਪੇਪਰ ਹੁੰਦਾ ਆ ਪ੍ਰੀਲਮ ਦਾ ਪੇਪਰ ਇਹਦੇ ਵਿੱਚ ਹੁੰਦੇ ਦੋ ਪੇਪਰ ਇੱਕ ਜੀਐਸ 1 ਦਾ ਪੇਪਰ ਇਹ ਹੁੰਦਾ ਸਵੇਰ ਨੂੰ ਮਾਰਨਿੰਗ ਚ ਹੋਊਗਾ ਇੱਕੋ ਦਿਨ ਠੀਕ ਹੈ ਜੀ ਤੇ ਦੂਜਾ ਹੁੰਦਾ GS2 ਦਾ ਪੇਪਰ ਇਹ ਉਸੇ ਦਿਨ ਈਵਨਿੰਗ ਨੂੰ ਹੁੰਦਾ ਹੁੰਦਾ ਸੇਮ ਡੇ ਇੱਕੋ ਦਿਨ ਦੇ ਵਿੱਚ ਦੋ ਪੇਪਰ ਹੋਣੇ ਆ ਇਹਨੂੰ ਅਸੀਂ ਕਹਿੰਨੇ ਆ ਇਹਦੇ ਵਿੱਚ ਸੀ ਸੈੱਟ ਦਾ ਪੇਪਰ ਹੁੰਦਾ ਸੀ ਸੈੱਟ ਮਤਲਬ ਮੈਥ ਰੀਜ਼ਨਿੰਗ ਇੰਗਲਿਸ਼ ਪੰਜਾਬੀ ਇਹ ਹੁੰਦਾ ਤੇ ਪੇਪਰ ਜਿਹੜਾ 1 ਹੁੰਦਾ ਹੈ GS ਦਾ ਪੇਪਰ ਇਹਦੇ ਵਿੱਚ ਸਾਰੇ ਸਾਰੇ GS ਦੇ ਜਿਹਨੂੰ ਆਪਾਂ GK ਕਹਿੰਨੇ ਆ ਪਲੱਸ ਕਰੰਟ ਅਫੇਅਰ ਇਹ ਪਾਰਟ ਇਹਦੇ ਚੋਂ ਹੁੰਦਾ ਹੈ ਇਹ ਪੇਪਰ ਹੋਊਗਾ 100 ਕੁਸਟਨ ਇਹਦੇ ਵਿੱਚ ਆਉਣੇ ਆ ਜੀ ਤੇ 80 ਕੁਐਸਚਨ ਇਹਦੇ ਵਿੱਚ ਆਉਣੇ ਆ 200 ਨੰਬਰ ਦਾ ਆ ਬਣਨਾ 200 ਨੰਬਰ ਦਾ ਆ ਬਣਨਾ ਟੋਟਲ ਆਪਣਾ 400 ਨੰਬਰ ਬਣਦਾ ਪਹਿਲੇ ਪੇਪਰ ਦਾ ਤੇ 400 ਦੇ ਵਿੱਚ ਇੱਕ ਕੱਟਆਫ ਜਾਂਦੀ ਹੁੰਦੀ ਆ ਉਹ ਕੱਟਆਫ ਵੇਰੀ ਕਰਦੀ ਰਹਿੰਦੀ ਆ ਕਿਸੇ ਸਾਲ ਉਹ 242 ਚੱਲ ਗਈ ਕਿਸੇ ਸਾਲ 292 ਚੱਲ ਗਈ ਅਕੋਰਡਿੰਗ ਟੂ ਪੇਪਰ ਕਿੰਨਾ ਟਫ ਆ ਕੱਟਆਫ ਵੇਰੀ ਕਰਦੀ ਜਾਂਦੀ ਆ ਤੇ ਜਿਹੜਾ ਬੱਚਾ ਇਹ ਕੱਟਆਫ ਕਲੀਅਰ ਕਰ ਗਿਆ ਉਹਦਾ ਨਾਮ ਫਿਰ ਆਊਗਾ ਲਿਸਟ ਦੇ ਵਿੱਚ ਤੇ ਉਹ ਵਾਲੇ ਬੱਚੇ ਜਿਹੜੇ ਹੋਣਗੇ ਮੇਨਸ ਦਾ ਪੇਪਰ ਦੇਣਗੇ ਮਣੋ ਜੇ ਮੀਨਸ ਜਾਣਗੇ ਇੱਥੇ ਕੀ ਸੀਗਾ ਆਬਜੈਕਟਿਵ ਟਾਈਪ ਮਤਲਬ ਪੇਪਰ ਆਇਆ ਕੁਐਸਚਨ ਪੜਿਆ ਟਿਕ ਕਰਤਾ ਇਹ ਪੇਪਰ ਕਿਵੇਂ ਆ ਆਬਜੈਕਟਿਵ ਟਾਈਪ ਕੁਐਸਚਨ ਲਿਖਿਆ ਆਇਆ ਚਾਰ ਆਪਸ਼ਨ ਟਿਕ ਕੀਤਾ ਓਕੇ ਆ ਲੇਕਿਨ ਜਿਹੜਾ ਮੀਨਸ ਦਾ ਪੇਪਰ ਆ ਉੱਥੇ ਕੀ ਕਰਨਾ ਪੈਂਦਾ ਉੱਥੇ ਲਿਖਣਾ ਪੈਂਦਾ ਮੀਨਸ ਦੇ ਪੇਪਰ ਤੇ ਆਪਾਂ ਚੱਲਦੇ ਆ ਲੋ ਜੀ ਹੁਣ ਆਪਣੇ ਕੋਲ ਹੈਗਾ ਮੀਨਸ ਪਹਿਲਾ ਸਟੈਪ ਕਲੀਅਰ ਆ ਹੁਣ ਮੀਨਸ ਆ ਗਿਆ ਆਪਣੇ ਕੋਲੇ ਮੀਨਸ ਦੇ ਵਿੱਚ ਸਾਡੇ ਕੋਲੇ ਪੰਜਾਬ ਪੀਸੀਐਸ ਦੇ ਵਿੱਚ ਸੱਤ ਪੇਪਰ ਹੁੰਦੇ ਆ ਸੱਤ ਕਿਹੜੇ ਇੱਕ ਤਾਂ ਦੋ ਹੁੰਦੇ ਲੈਂਗੁਏਜ ਦੇ ਪੇਪਰ ਦੋ ਲੈਂਗੁਏਜ ਦੇ ਪੇਪਰ ਉਹ ਲੈਂਗੁਏਜ ਕਿਹੜੀ ਕਿਹੜੀ ਇੱਕ ਪੰਜਾਬੀ ਦਾ ਤੇ ਦੂਜਾ ਇੰਗਲਿਸ਼ ਦਾ ਇਹਦੇ ਵਿੱਚ ਗ੍ਰਾਮਰ ਗ੍ਰੂਮਰ ਜਿਹੜੀ ਆਪਾਂ ਪੰਜਾਬੀ ਚ ਪੜ੍ਹਦੇ ਆਂ ਨਾ ਗ੍ਰਾਮਰ ਹੁੰਦੀ ਆ ਇਦੀ ਇੰਗਲਿਸ਼ ਦੀ ਗ੍ਰਾਮਰ ਹੁੰਦੀ ਆ 100 ਨੰਬਰ ਦਾ ਇਹ ਪੇਪਰ ਹੁੰਦਾ ਤੇ 100 ਨੰਬਰ ਦਾ ਆ ਪੇਪਰ ਹੁੰਦਾ ਫਿਰ ਇੱਕ ਹੁੰਦਾ ਐਸੇ ਪੇਪਰ ਐਸੇ ਦਾ ਪੇਪਰ ਇੱਕ ਐਸੇ ਇਹ ਹੁੰਦਾ ਜੀ 150 ਨੰਬਰ ਦਾ ਲਓ ਜੀ 150 ਨੰਬਰ ਦਾ ਹੋ ਗਿਆ ਫਿਰ ਚਾਰ ਪੇਪਰ ਹੁੰਦੇ ਆ ਜੀਐਸ ਦੇ ਜਿਹਨੂੰ ਆਪਾਂ ਕਹਿੰਦੇ ਆਂ ਕਿ ਜੀਐਸ 1 ਜੀਐਸ 2 ਜੀਐਸ 3 ਤੇ ਜੀਐਸ 4 ਇਹ ਹੁੰਦੇ ਆ 2.5 250 ਨੰਬਰ ਦੇ ਹਰੇਕ ਪੇਪਰ ਆ ਵੀ 250 ਦਾ ਆ ਵੀ 250 ਦਾ ਆ ਵੀ 250 ਦਾ ਅਤੇ ਆ ਵੀ 250 ਦਾ ਲਓ ਜੀ ਇਹ ਪੇਪਰਾਂ ਤੋਂ ਬਾਅਦ ਫਿਰ ਹੁੰਦੀ ਆਪਣੀ ਇੰਟਰਵਿਊ ਜਦੋਂ ਇਹ ਪੇਪਰ ਕਲੀਅਰ ਹੋ ਗਿਆ ਇਹਦੀ ਲਿਸਟ ਆਊਗੀ ਜੇ ਤੁਹਾਡਾ ਨਾਮ ਇਸ ਲਿਸਟ 'ਚ ਹੈਗਾ ਆ ਮਤਲਬ ਤੁਸੀਂ ਫਿਰ ਕੰਮ ਸਿਰੇ ਆ ਫਿਰ ਆਪਣੀ ਹੁੰਦੀ ਆ ਇੰਟਰਵਿਊ ਤੇ ਇੰਟਰਵਿਊ ਹੁੰਦੀ ਆ ਆਪਣੇ ਕੋਲੇ 150 ਨੰਬਰਾਂ ਦੀ ਤੇ ਜੇ ਮੈਂ ਇਹਨਾਂ ਨੂੰ ਪਲੱਸ ਕਰਦਾ ਤੇ ਆਪਣਾ ਕਿੰਨਾ ਬਣ ਗਿਆ ਜੀ 1000 1300 ਤੇ 1500 ਹਾਂਜੀ ਕਿੰਨਾ ਬਣ ਗਿਆ ਟੋਟਲ 1500 ਨੰਬਰ ਬਣ ਗਿਆ ਇੰਟਰਵਿਊ ਪਲੱਸ ਮਤਲਬ ਸੈਕੰਡ ਸਟੈਪ ਪਲੱਸ ਥਰਡ ਸਟੈਪ ਦੋਨੋਂ ਨੂੰ ਐਡ ਕਰਕੇ ਬਣ ਗਿਆ 1500 ਨੰਬਰ ਤੇ ਜਿਹੜੀ ਫਾਈਨਲ ਲਿਸਟ ਜਾਂਦੀ ਆ ਉਹ ਇਸੇ 1500 ਨੰਬਰ ਚੋ ਜਾਣੀ ਆ ਪਹਿਲੇ ਵਾਲੇ ਨੰਬਰ ਇੱਥੇ ਕਨਸਿਡਰ ਨਹੀਂ ਹੋਣੇ ਤੇ ਜਿਹੜੀ ਸਾਡੀ ਅਸਲੀ ਲੜਾਈ ਆ ਉਹ ਹੈਗੀ ਇਸ 1500 ਨੰਬਰ ਦੇ ਲਈ ਕਿਉਂਕਿ ਜਿਹੜੇ ਪਹਿਲੇ ਨੰਬਰ ਆ ਉਹ ਬਸ ਇੱਕ ਸਟੈਪ ਆ ਪਹਿਲਾ ਸਟੈਪ ਕੀ ਆ ਉਹਨੂੰ ਪਾਸ ਕਰੋ ਉਦੋਂ ਬਾਅਦ ਨੰਬਰ ਅੱਗੇ ਐਡ ਨਹੀਂ ਹੁੰਦੇ ਲekin air ਕਿਹੜੇ ਹੁੰਨੇ ਆ ਆਪਣੇ ਕੋਲੇ ਆ 1500 ਨੰਬਰ ਦੇ ਵਿੱਚ ਸੈਕੰਡ ਸਟੈਪ ਤੇ ਥਰਡ ਸਟੈਪ ਸੈਕੰਡ ਸਟੈਪ ਕੀ ਆ ਮੇਨਸ ਪੇਪਰ ਜਿਹੜਾ ਆਪਾਂ ਦੇਖਿਆ ਸੱਤ ਪੇਪਰ 2 1 3 ਤੇ 4 7 ਟੋਟਲ 7 ਹੋ ਗਏ ਆ ਇਹ ਸਾਡੇ ਕੋਲ ਇੱਥੋਂ ਤੱਕ ਆ ਜੀ ਇਹ ਲਿਖਨੇ ਪੈਣੇ ਆ ਤੁਹਾਨੂੰ ਕੁਐਸਚਨ ਲਿਖਿਆ ਹੋਊਗਾ ਥੱਲੇ ਆਨਸਰ ਲਿਖਣਾ ਟਿੱਕ ਮਾਰਨੀ ਹੋਊਗੀ ਆਨਸਰ ਲਿਖਣਾ ਪੈਣਾ ਇਹਨਾਂ ਦਾ ਤੇ ਇਹਨੂੰ ਪਾਸ ਕਰਨ ਤੋਂ ਬਾਅਦ ਫਿਰ ਇੰਟਰਵਿਊ ਜਾਵਾਂਗੇ ਇੰਟਰਵਿਊ ਹੈਗੀ ਆ 15 1500 ਨੰਬਰ ਦੀ ਮਤਲਬ ਮੇਨਸ ਪੇਪਰ ਸਾਡੇ ਕੋਲ ਹੋ ਗਿਆ 1350 ਨੰਬਰਾਂ ਦੇ ਤੇ ਇੰਟਰਵਿਊ 150 ਨੰਬਰਾਂ ਦੀ ਜੇ ਮੈਂ ਜੋੜ ਦਵਾਂ ਤੇ ਟੋਟਲ 1500 ਨੰਬਰ ਬਣਦਾ ਤੇ ਫਾਈਨਲ ਲਿਸਟ ਜਾਨੀ ਆ 1500 ਦੇ ਵਿੱਚੋਂ ਤੇ ਲਗਭਗ ਔਨ ਐਨ ਐਵਰੇਜ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਲਿਸਟ ਹੁੰਦੀ ਆ ਫਾਈਨਲ ਲਿਸਟ ਉਹ 55 60% ਮੈਕਸਮਮ ਜੇ ਤੁਸੀਂ 55 ਇਵਨ ਯੂਪੀਐਸਸੀ ਦਾ 50 55% ਹੁੰਦੀ ਆ ਚਲੋ ਪੀਸੀਐਸ ਦੀ 55 ਤੱਕ ਵੇਰੇ ਚਲੀ ਜਾਂਦੀ ਆ ਤੁਸੀਂ 55% ਤੱਕ ਨੰਬਰ ਲੈਨੇ ਹੋ ਤਾਂ ਤੁਹਾਡਾ ਲਿਸਟ ਦੇ ਵਿੱਚ ਨਾਮ ਹੋ ਸਕਦਾ ਆ ਤੇ ਮਤਲਬ ਪੇਪਰ ਦਾ ਲੈਵਲ ਕਿੰਨਾ ਅੱਛਾ ਹੋਊਗਾ ਕਿੰਨਾ ਟਫ ਹੋਊਗਾ ਕਿ ਇੰਨੀ ਕੱਟ ਆਫ ਜਾਂਦੀ ਆ ਠੀਕ ਆ ਉਮੀਦ ਆ ਤੁਹਾਨੂੰ ਜਿਹੜਾ ਮੈਂ ਮੈਸੇਜ ਦੇਣਾ ਚਾਹਿਆ ਸੀਗਾ ਤੁਹਾਡੇ ਤੱਕ ਪਹੁੰਚ ਗਿਆ ਹੋਊਗਾ ਕਾਫੀ ਚੀਜ਼ਾਂ ਕਲੀਅਰ ਕਰਤੀਆਂ ਰਹੀ ਗੱਲ ਨੋਟੀਫਿਕੇਸ਼ਨ ਦੀ ਪੀਸੀਐਸ ਦਾ ਮੈਂ ਇੱਕ ਵੀਡੀਓ ਬਣਾਈ ਆ ਕਦੋਂ ਆ ਸਕਦਾ ਆ ਜ਼ਰੂਰ ਜਾ ਕੇ ਸਰਚ ਕਰਿਓ ਕਿ ਪੀਸੀਐਸ ਦਾ ਕਦੋਂ ਪੇਪਰ ਆਊਗਾ ਹੁਣ ਇੱਕ ਮੈਂ ਵੀਡੀਓ ਹੋਰ ਲੈ ਕੇ ਆਉਂਗਾ ਇੱਕ ਅੱਧੇ ਦਿਨ ਦੇ ਵਿੱਚ ਕਿ ਡੀਐਸਪੀ ਬਣਨ ਦੇ ਲਈ ਕੁਆਲੀਫਿਕੇਸ਼ਨ ਕੀ ਚਾਹੀਦੀਆਂ ਕਿਉਂਕਿ ਜਦੋਂ ਡੀਐਸਪੀ ਬਣਨਾ ਚਾਹੁੰਦੇ ਆ ਉਹ ਚ ਏਜ ਦਾ ਚੱਕਰ ਹੁੰਦਾ ਹਾਈਟ ਦਾ ਚੱਕਰ ਹੁੰਦਾ ਜੰਪ ਦਾ ਚੱਕਰ ਹੁੰਦਾ ਉਹ ਸਾਰੀ ਦੀ ਸਾਰੀ ਡਿਟੇਲ ਮੈਂ ਲੈ ਕੇ ਆਉਂਗਾ ਇੱਕ ਹੋਰ ਵੀਡੀਓ ਦੇ ਵਿੱਚ ਹੁਣ ਜਾਂਦਿਆਂ ਦੇ ਇੱਕ ਥੋੜੀ ਜਿਹੀ ਇੰਪੋਰਟੈਂਟ ਇਨਫੋਰਮੇਸ਼ਨ ਦੇਦਾ ਅੱਡਾ 247 ਆਪਣੇ ਕੋਲੇ ਕਾਫੀ ਇਨੀਸ਼ੀਏਟਿਵ ਲੈ ਰਿਹਾ ਤਾਂਕਿ ਪੰਜਾਬ ਦੇ ਹਰੇਕ ਬੱਚੇ ਨੂੰ ਤਿਆਰੀ ਬਹੁਤ ਹੀ ਘੱਟ ਪੈਸਿਆਂ ਵਿੱਚ ਹੋ ਜਵੇ ਕਿਉਂਕਿ ਜਿੰਨੇ ਬੱਚੇ ਚਾਹੁੰਦੇ ਆ ਤਿਆਰੀ ਕਰਨਾ ਜੌਬ ਲੱਗਣਾ ਉਹਨਾਂ ਦੇ ਇੱਕ ਕਨਸੈਪਟ ਲੈ ਕੇ ਆਇਆ ਉਹ ਆਪਣੇ ਕੋਲ ਕੀ ਆ ਪੰਜਾਬ ਡਾ 27 ਦੀ ਵੈਬਸਾਈਟ ਤੇ ਜਾਓ ਜਦੋਂ ਅਸੀਂ ਵੈਬਸਾਈਟ ਵਿਜ਼ਿਟ ਕਰਦੇ ਆ ਤਾਂ ਸਾਨੂੰ ਉੱਥੇ ਕੀ ਮਿਲਦਾ ਪੰਜਾਬ ਦਾ ਮਹਾਪੈਕ ਹੁਣ ਇਹ ਕੀ ਚੀਜ਼ ਆ ਇਹਦੇ ਰੇਟਾਂ ਨਾਲ ਨਾ ਜਾਓ ਡਰਨਾ ਨੀਗਾ ਇਹ ਆਪਾਂ ਘੱਟ ਕਰ ਦੇਣਾ ਆਪਣੇ ਕੋਲ ਇੱਕ ਜਾਦੂ ਦੀ ਛੜੀ ਆ ਉੱਪਰ ਹੁਣੇ ਕੱਟ ਕਰਦੇ ਆਂ ਪਹਿਲਾਂ ਦੇਖੋ ਪੰਜਾਬ ਦਾ ਮਹਾਪੈਕ ਕੀ ਆ ਕਿ ਪੰਜਾਬ ਦੇ ਮਹਾਪੈਕ ਦੇ ਵਿੱਚ ਤੁਸੀਂ ਜਾ ਕੇ ਪੰਜਾਬ ਦੇ ਹਰੇਕ ਪੇਪਰ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੇ ਹੁਣ ਪੀਪੀਐਸਸੀ ਦੇ ਪੇਪਰ ਆ ਰਹੇ ਆ ਪੀਪੀਐਸਸੀ ਪੇਪਰ ਲੈ ਰਿਹਾ ਆ ਸੀਨੀਅਰ ਅਸਿਸਟੈਂਟ ਦਾ ਨਾਇਬ ਤਹਿਸੀਲਦਾਰ ਦਾ ਸਾਰੇ ਤਰ੍ਹਾਂ ਦੇ ਪੇਪਰ ਆ ਰਹੇ ਆ ਈਵਨ ਸੀਨੀਅਰ ਅਸਿਸਟੈਂਟ ਦੇ ਪੇਪਰ ਦੇ ਲਈ 5 ਅਗਸਤ ਤੋਂ ਇੱਕ ਕ੍ਰੈਸ਼ ਕੋਰਸ ਵੀ ਸਟਾਰਟ ਹੋਣ ਜਾ ਰਿਹਾ ਇੱਕ ਮਹੀਨੇ ਦਾ ਪਰ ਰਿਵੀਜ਼ਨ ਬੈਚ ਉਹਨੂੰ ਕਹਿੰਦੇ ਆ ਸਾਰੇ ਜਿੰਨੇ ਵੀ ਇਹ ਕਨਸੈਪਟ ਹੈਗੇ ਚਾਹੇ ਤੁਸੀਂ ਵੀਡੀਓ ਦਾ ਪੇਪਰ ਦੇਣਾ ਕਲਰਕ ਦਾ ਪੇਪਰ ਦੇਣਾ ਜਾਂ ਐਕਸਾਈਜ਼ ਇੰਸਪੈਕਟਰ ਦਾ ਪੇਪਰ ਦੇਣਾ ਤੁਹਾਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਕਮੀ ਆ ਸਾਡੀ ਤਿਆਰੀ ਦੇ ਵਿੱਚ ਫਿਰ ਤੁਸੀਂ ਕੀ ਕਰਨਾ ਪੰਜਾਬ ਦੇ ਮਹਾਪੈਕ ਦੇ ਉੱਤੇ ਕਰੋ ਕਿਉਂਕਿ ਇਹਦੇ ਵਿੱਚ ਇੱਕ ਸਾਲ ਦੇ ਲਈ ਸਾਰੇ ਪੇਪਰਾਂ ਦੀ ਤਿਆਰੀ ਆਪਾਂ ਨੂੰ ਫ੍ਰੀ ਆਫ ਕਾਸਟ ਮੈਨੀ ਫ੍ਰੀ ਆਫ ਕਾਸਟ ਦੀ ਮੈਂ ਚਲੋ ਕਹੂੰਗਾ ਮਤਲਬ ਕਿ ਇੱਕ ਵਾਰ ਪੈਸੇ ਦੇਣੇ ਪੈਣ ਤਾਂ ਉਸ ਤੋਂ ਬਾਅਦ ਫ੍ਰੀ ਆਫ ਕਾਸਟ ਹੀ ਆ ਲੱਗ-ਲੱਗ ਸਾਨੂੰ ਬੈਚ-ਬਾਈ ਨਹੀਂ ਕਰਨਾ ਪੈਣਾ ਜਦੋਂ ਤੁਸੀਂ ਇੱਥੇ ਜਾਉਂਗੇ ਪੰਜਾਬ ਦੇ ਮਹਾਪੈਕ ਦੇ ਉੱਤੇ ਤਾਂ ਇਦੇ ਬੈਨੀਫਿਟ ਜ਼ਰੂਰ ਦੇਖਿਓ ਵੀ ਕਿੰਨੇ ਬੈਨੀਫਿਟ ਅਜ ਟੈਸਟ ਸੀਰੀਜ਼ ਵੀ ਹੋਊਗੀ ਇਹਦੇ ਵਿੱਚ ਲਾਈਵ ਕਲਾਸਸ ਵੀ ਹੋਣਗੀਆਂ ਈ-ਬੁਕਸ ਵੀ ਹੋਣਗੀਆਂ ਸਾਰੇ ਬੈਨੀਫਿਟ ਇੱਥੇ ਲਿਖੇ ਹੋਇਆ ਜ਼ਰੂਰ ਰੀਡ ਕਰਿਓ ਕਿਹੜੇ ਕਿਹੜੇ ਕੋਰਸ ਦੇ ਵਿੱਚ ਆਉਂਦੇ ਦੇਖੋ ਲਿਖਿਆ ਪਿਆ ਹਰੇਕ ਕੋਰਸ ਦੇ ਵਿੱਚ ਆਉਂਦਾ ਆ ਅਤੇ ਆ ਨੰਬਰ ਦਿੱਤੇਗਾ ਜੇ ਕੋਈ ਇਸ਼ੂ ਹੁੰਦਾ ਤੁਸੀਂ ਨੰਬਰ ਪੁੱਛ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਗੱਲ ਪ੍ਰਾਈਸ ਹੀ ਕਰੀਏ ਪ੍ਰਾਈਸ ਜ਼ਿਆਦਾ ਲੱਗ ਰਿਹਾ ਹੋਗਾ ਤੁਹਾਨੂੰ ਕਿ ਸਰ 14000 ਇਹਨੂੰ ਘੱਟ ਕਿਵੇਂ ਕਰਨਾ ਇੱਥੇ ਅਪਲਾਈ ਕੋਡ ਤੇ ਜਾਣਾ ਕੂਪਨ ਕੋਡ ਆਪਣੇ ਕੋਲ ਹੈਗਾ Y ਪੰਸੋਪ 65 Y565 ਅਪਲਾਈ ਕਰੋ ਅਤੇ ਦੇਖੋ ਇਹਦਾ ਕਿਵੇਂ ਪ੍ਰਾਈਸ ਘਟਦਾ ਜੀ ਲੋ ਪ੍ਰਾਈਸ ਘਟ ਗਿਆ ਸਿਰਫ 3219 ਰੁਪਏ ਕੋਡ ਯਾਦ ਰੱਖਿਓ Y565 ਤੇ ਮੀਨਸ ਤੁਸੀਂ 3219 ਰੁਪਏ ਲਾ ਕੇ ਪੰਜਾਬ ਦੇ ਹਰੇਕ ਪੇਪਰ ਦੀ ਤਿਆਰੀ 1 ਸਾਲ ਦੇ ਲਈ ਫ੍ਰੀ ਆਫ ਕੋਸਟ ਕਰ ਸਕਦੇ ਹੋ ਸਮਝ ਗਾ ਲਓ ਕੀ ਆ ਇਹ ਇਹ ਆ ਪੰਜਾਬ ਦਾ ਮਹਾਪੈਕ ਬੈਨੀਫਿਟ ਦੇਖ ਲਓ ਕਿੰਨਾ ਵੱਡਾ ਤੇ ਕੋਡ ਜ਼ਰੂਰ ਯਾਦ ਰੱਖਿਓ ਇਹੋ ਜਾਦੂਈ ਕੋਡ ਆ ਜਿਹਨੇ ਤੁਹਾਡੇ 77% ਕੀਮਤ ਨੂੰ ਘਟਾਉਣਾ ਦੇਖੋ 77% ਤੇ ਜਾਦੂਈ ਕੋਡ ਕਿਹੜਾ ਆ Y50065Y565 ਓਕੇ ਉਮੀਦ ਆ ਤੁਸੀਂ ਸਾਰੇ ਵਧੀਆ ਤਿਆਰੀ ਕਰ ਰਹੇ ਹੋਗੇ ਪੇਪਰਾਂ ਦੀ ਤੇ ਜੇ ਕੋਈ ਲੋੜ ਹੋਈ ਇਸ ਤਰ੍ਹਾਂ ਦੀ ਤੁਸੀਂ ਕਰ ਸਕਦੇ ਹੋ ਹਾਂ ਜੇ ਕਿਸੇ ਸਟੂਡੈਂਟ ਦਾ ਕੋਈ ਵੀ ਕੁਐਸਚਨ ਆ ਤਾਂ ਉਹ ਕੁਐਸਚਨ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਿਓ ਪੀਸੀਐਸ ਦੇ ਰਿਲੇਟਡ ਜਾਂ ਹੋਰ ਕਿਸੇ ਵੀ ਇਗਜ਼ਾਮ ਦੇ ਰਿਲੇਟਡ ਕੋਈ ਕੁਐਸਚਨ ਆ ਜ਼ਰੂਰ ਪੁੱਛੋ ਜੀ ਓਕੇ ਜੀ ਉਮੀਦ ਆ ਤੁਹਾਨੂੰ ਜੋ ਮੈਸੇਜ ਦੇਣਾ ਚਾਹੁੰਦਾ ਸੀਗਾ ਮਿਲ ਗਿਆ ਹੋਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਹਰੇਕ ਪੰਜਾਬੀ ਤੱਕ ਇਹ ਮੈਸੇਜ ਪਹੁੰਚੇ ਕਿ PCS ਦੀ ਤਿਆਰੀ ਕਿਵੇਂ ਹੋ ਸਕਦੀ ਆ ਮਿਲਦੇ ਆ ਫੇਰ ਅਗਲੀ ਕਲਾਸ ਦੇ ਵਿੱਚ ਜਾਂਦੇ ਬਸ ਦੇਰੋ ਰੱਬ ਖੈਰ ਕਰੇ ਜੀ